वन बीच अपना टॉपिक किया होया इलेक्ट्रिक फील्ड लाइंस एंड इट्स प्रॉपर्टीज। सेम डिटो वर्ड अपने को टॉपिक हैगा जेड़ा, ठीक है, जो हैगा मैग्नेटिक फील्ड लाइंस, मैग्नेटिक फील्ड लाइंस एंड इट्स प्रॉपर्टीज। कुछ फिर थ्योरी वाला ही टॉपिक है, ठीक है, समझ लियो। मैग्नेटिक फील्ड लाइन से डिफाइन करिए तो किनू कहने, सेम एज इलेक्ट्रिक फील्ड लाइन, दीज आर द इमेजिनरी लाइंस व्हिच आर टू बी ड्रॉन अराउंड ए करंट कैरिंग कंडक्टर और व्हिच आर टू बी ड्रॉन अराउंड ए परमानेंट कहना जी मैग्नेट। मतलब मेरे को कोई करंट कैरिंग कॉयल होवे, ठीक है, तुसीं कहना जी वो करंट कैरिंग कंडक्टर जेड़ा वा वो अपने अराउंड मैग्नेटिक फील्ड बनांदा। ਉਹਦੀ ਡਾਇਰੈਕਸ਼ਨ ਫਾਈਂਡ ਆਊਟ ਕਰੀ ਆਪਾਂ ਰਾਈਟ ਹੈਂਡ ਥੰਬ ਰੂਲ ਲਗਾ ਲਿਆ, ਹਨਾ, ਉਹਨਾਂ ਮੈਗਨੈਟਿਕ ਦੀ ਡਾਇਰੈਕਸ਼ਨ ਦੱਸਦੇ। ਕਹਿੰਦਾ ਬਾਰ ਮੈਗਨੈਟ ਲੈ ਲਈਏ ਤੇ ਬਾਰ ਮੈਗਨੈਟ ਦੇ ਅਰਾਊਂਡ ਤੁਸੀਂ ਐਸ ਐਚ ਇੱਕ ਕੰਪਸ ਨੀਡਲ ਰੱਖ ਕੇ, ਬਾਰ ਮੈਗਨੈਟ ਦੇ ਅਰਾਊਂਡ ਆਪਾਂ ਇੱਕ ਕੰਪਸ ਨੀਡਲ ਰੱਖ ਕੇ, ਠੀਕ ਹੈ, ਜੇ ਇੱਥੇ ਮੈਗਨੈਟਿਕ ਫੀਲਡ ਲਾਈਨ ਡਰਾ ਕਰੀਏ ਤਾਂ ਕਹਿੰਦੇ ਜੀ ਕੁਛ ਇਸ ਟਾਈਪ ਦਾ ਮੈਗਨੈਟਿਕ ਫੀਲਡ ਦਾ ਪੈਟਰਨ ਜਿਹੜਾ ਵਾ ਉਹ ਅਰਾਊਂਡ ਦਾ ਮੈਗਨੈਟ ਕਹਿੰਦਾ ਜਨਰੇਟ ਹੁੰਦਾ। ਹੁਣ ਕਿਸੇ ਵੀ ਮੂਮੈਂਟ ਤੇ ਜੇ ਆਪਾਂ ਗੱਲ ਕਰੀਏ ਤਾਂ ਸਾਨੂੰ ਇਸ ਟਾਈਪ ਦਾ ਕੋਈ ਮੈਗਨੈਟਿਕ ਫੀਲਡ ਦਾ ਪੈਟਰਨ ਦਿਖਦਾ ਨਹੀਂ, ਹਨਾ। ਪਰ ਆਪਾਂ ਸਿੰਪਲ ਜਿਹਾ ਵਰਡ ਚ ਲਈਏ ਕਿ ਜੇ ਇੱਕ ਮੈਗਨੈਟ ਲਈਏ, ਉਸ ਮੈਗਨੈਟ ਦੇ ਨੀਅਰ ਬਾਈ ਇੱਕ ਕੰਪਸ ਨੀਡਲ ਰੱਖਦੇ ਚੱਲੋ, ਠੀਕ ਹੈ। ਯਾਨੀ ਜੇ ਮੈਂ ਆ ਇੱਕ ਬਾਰ ਮੈਗਨੈਟ ਲੈ ਲਾਂ, ਆ ਇੱਕ ਬਾਰ ਮੈਗਨੈਟ ਲੈ ਲਵਾਂ, ਇਹਦੇ ਨੀਅਰ ਬਾਈ ਮੈਂ ਇੱਕ ਕੰਪਸ ਨੀਡਲ ਰੱਖ ਲਵਾਂ ਤੇ ਕੰਪਸ ਨੀਡਲ ਨੇ ਆਪਣੇ ਆਪ ਨੇ ਇੱਕ ਫਿਕਸਡ ਡਾਇਰੈਕਸ਼ਨ ਦੇ ਅੰਦਰ ਐਸ ਐਚ ਅਲਾਈਨ ਕਰਨਾ। ਜੇ ਮੈਂ ਇਥੋਂ ਕੰਪਸ ਨੀਡਲ ਚੁੱਕਾਂ ਆ ਪੁਆਇੰਟ ਤੋਂ ਮਾਰਕ ਕਰ ਲਏ, ਇਸ ਤੋਂ ਬਾਅਦ ਇਥੋਂ ਚੁੱਕਾਂ ਤੇ ਅੱਗੇ ਕਿਤੇ ਰੱਖ ਲਵਾਂ, ਫਿਰ ਇਹਨੇ ਦੋ ਪੁਆਇੰਟ ਤੇ ਮਾਰਕ ਹੋ ਜਾਣਾ। ਕੰਟੀਨਿਊਸਲੀ ਜੇ ਇਹੀ ਪ੍ਰੋਸੈਸ ਕਰਦੇ ਚੱਲੀਏ ਤੇ ਇਸ ਮੈਗਨੈਟ ਦੇ ਅਰਾਊਂਡ ਕੁਝ ਇਸ ਟਾਈਪ ਦਾ ਮੈਗਨੈਟਿਕ ਫੀਲਡ ਲਾਈਨ ਦਾ ਪੈਟਰਨ ਜਨਰੇਟ ਹੁੰਦਾ। ਉਹ ਕਹਿੰਦਾ ਫਿਰ ਆ ਜਿਹੜਾ ਮੈਗਨੈਟਿਕ ਫੀਲਡ ਲਾਈਨ ਦਾ ਪੈਟਰਨ ਆਏਗਾ, ਇਹ ਮੈਨੂੰ ਡਿਫਾਈਨ ਕਰਦਾ ਕਿ ਵੀ ਵਟ ਟਾਈਪ ਆਫ ਮੈਗਨੈਟਿਕ ਫੀਲਡ ਲਾਈਨਸ ਆਰ ਟੂ ਬੀ ਡਿਵੈਲਪ ਅਰਾਊਂਡ ਦਾ ਗਿਵਨ ਕਹਿੰਦਾ ਜੀ ਮੈਗਨੈਟ, ਹਨਾ। ਤੇ ਇਹਨਾਂ ਲਾਈਨਸ ਨੂੰ ਅਸੀਂ ਨਾਮ ਦਿੰਦੇ ਕਿ ਦੀਜ਼ ਆਰ ਦਾ ਇਮੇਜਿਨਰੀ ਲਾਈਨ, ਦੀਜ਼ ਆਰ ਦਾ ਇਮੇਜਿਨਰੀ ਲਾਈਨ ਅਲੋਂਗ ਵਿਚ ਅ ਯੂਨਿਟ ਨਾਰਥ ਪੋਲ ਇਜ਼ ਫ੍ਰੀ ਟੂ ਮੂਵ। ਜਿੱਦਾਂ ਉੱਥੇ ਅਸੀਂ ਕਹਿੰਦੇ ਸੀ ਕਿ ਇਲੈਕਟ੍ਰਿਕ ਲਾਈਨਸ ਆਰ ਦਾ ਲਾਈਨ ਅਲੋਂਗ ਵਿਚ ਅ ਯੂਨਿਟ ਪੋਜ਼ਿਟਿਵ ਚਾਰਜ ਇਜ਼ ਫ੍ਰੀ ਟੂ ਮੂਵ ਇਫ ਇਟ ਇਜ਼ ਟੂ ਡੂ ਸੋ। ਕਿ ਜੇ ਆ ਕੋਈ ਮੇਰੇ ਕੋਲ ਐਸ ਐਚ ਕਹਿੰਦਾ ਜੀ ਅਸੀਂ ਕਹੀਏ ਕਿ ਵੀ ਚਾਰਜ ਹੈਗਾ, ਇਸ ਚਾਰਜ ਦੇ ਅਰਾਊਂਡ ਆ ਇਲੈਕਟ੍ਰਿਕ ਲਾਈਨ ਆ, ਤੇ ਇਸ ਲਾਈਨ ਦੇ ਅਲੋਂਗ ਜੇ ਇੱਕ ਯੂਨਿਟ ਪੋਜ਼ਿਟਿਵ ਚਾਰਜ ਕਿਸੇ ਪਾਥ ਤੇ ਮੂਵ ਕਰੇ ਤੇ ਉਸ ਚਾਰਜ ਦੇ ਪਾਥ ਨੂੰ ਅਸੀਂ ਇਲੈਕਟ੍ਰਿਕ ਲਾਈਨ ਕਹਿੰਦੇ ਹਾਂ। ਇਹਦੀ ਮੈਗਨੈਟ ਦੇ ਅਰਾਊਂਡ ਕਿਸੇ ਵੀ ਪੁਆਇੰਟ ਤੇ, ਮੈਗਨੈਟ ਦੇ ਅਰਾਊਂਡ ਕਿਸੇ ਵੀ ਪੁਆਇੰਟ ਤੇ ਜੇ ਮੈਂ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਲੈਣੀ ਹੋਵੇ ਤਾਂ ਅਸੀਂ ਕਹਿੰਦੇ ਜੀ ਜਿਹੜੀ ਉਹ ਕਰਵਡ, ਜਿਹੜੀ ਉਹ ਕਰਵਡ ਜਾਂ ਸਟ੍ਰੇਟ ਲਾਈਨ ਮੈਗਨੈਟ ਦੇ ਅਰਾਊਂਡ ਡਰਾ ਕੀਤੀ ਜਾਏਗੀ, ਉਹਦੇ ਤੇ ਟੈਂਜੈਂਟ ਡਰਾ ਕਰਕੇ ਕਿਸੇ ਵੀ ਪੁਆਇੰਟ ਤੇ ਵੀ ਡਿਫਾਈਨ ਦਾ ਡਾਇਰੈਕਸ਼ਨ ਆਫ ਮੈਗਨੈਟਿਕ। ਇਹ ਮਤਲਬ ਮੈਂ ਇਸ ਪੁਆਇੰਟ ਤੇ ਮੈਗਨੈਟਿਕ ਦੀ ਡਾਇਰੈਕਸ਼ਨ ਡਿਫਾਈਨ ਕਰਨੀ, ਇਸ ਪੁਆਇੰਟ ਤੇ ਡਿਫਾਈਨ ਕਰਨੀ ਤੇ ਕਿਸੇ ਵੀ ਪੁਆਇੰਟ ਤੇ ਕਰਨੀ, ਤੇ ਫਿਰ ਉਸ ਮੂਮੈਂਟ ਤੇ ਜਿਹੜਾ ਸਟ੍ਰੇਟ ਲਾਈਨ ਔਰ ਕਰਵਡ ਪਾਥ ਡਰਾ ਕਰਾਂਗੇ ਉਹਨੂੰ ਅਸੀਂ ਕਹਿੰਦੇ ਕਿ ਦੀਜ਼ ਆਰ ਦਾ ਇਮੇਜਿਨਰੀ ਲਾਈਨਸ ਵਿਚ ਆਰ ਟੂ ਬੀ ਡਰਾਨ ਅਰਾਊਂਡ ਏ ਕਰੰਟ ਕੈਰਿੰਗ ਕੰਡਕਟਰ ਔਰ ਵਿਚ ਆਰ ਟੂ ਬੀ ਡਰਾਨ ਅਰਾਊਂਡ ਏ ਪਰਮਾਨੈਂਟ ਮੈਗਨੈਟ, ਠੀਕ ਹੈ, ਵਿਚ ਡਿਫਾਈਨ ਦਾ ਪਾਥ ਆਫ ਏ ਕਹਿੰਦਾ ਜੀ ਪਾਥ ਆਫ ਏ ਪੋਲ ਇਫ ਇਟ ਇਜ਼ ਟੂ ਫ੍ਰੀਲੀ ਮੂਵ। ਜੇ ਮੈਂ ਕਿਸੇ ਪੋਲ ਨੂੰ ਫ੍ਰੀ ਮੂਵ ਕਰਨ ਦੇ ਦੇਵਾਂ ਤੇ ਜਿਹੜੇ ਪਾਥ ਤੇ ਉਹ ਪੋਲ ਮੂਵ ਕਰੇਗਾ ਉਹ ਅਸੀਂ ਕਹਿੰਦੇ ਜੀ ਮੈਗਨੈਟਿਕ ਫੀਲਡ ਲਾਈਨ ਹੋਏਗੀ। ਕਿਆ ਇੰਨੀ ਗੱਲ ਸਮੇਂ ਲੱਗਦੀ ਪਈ? ਯੈਸ ਸਰ, ਯੈਸ ਸਰ। ਚਲ ਹੁਣ ਇਸੇ ਦੇ ਬਿਹਾਫ ਤੇ ਜੇ ਆਪਾਂ ਗੱਲ ਕੰਟੀਨਿਊ ਕਰੀਏ, ਉਹ ਕਹਿੰਦਾ ਜੀ ਮੈਗਨੈਟਿਕ ਫੀਲਡ ਲਾਈਨ ਦੀਆਂ ਪ੍ਰਾਪਰਟੀਜ਼ ਕੀ ਨੇ? ਤੇ ਬੱਚੇ ਇੱਕ ਪ੍ਰਾਪਰਟੀ ਨੂੰ ਛੱਡ ਕੇ ਬਾਕੀ ਸਾਰੀ ਹੀ ਪ੍ਰਾਪਰਟੀ ਜਿਹੜੀਆਂ ਇਲੈਕਟ੍ਰਿਕ ਫੀਲਡ ਲਾਈਨ ਵਾਸਤੇ ਡਿਫਾਈਨਡ ਆ ਸਾਰੀਆਂ ਡਿਟੋ ਵਰਡ ਚ ਉਹੀ ਪ੍ਰਾਪਰਟੀਜ਼ ਨੇ। ਅਸੀਂ ਕਹਿੰਦੇ ਕਿ ਵੀ ਕਿਸੇ ਵੀ ਮੂਮੈਂਟ ਤੇ ਡਾਇਰੈਕਸ਼ਨ ਆਫ ਮੈਗਨੈਟਿਕ ਫੀਲਡ ਡਿਫਾਈਨ ਕਰਨਾ ਹੋਵੇ ਤੇ ਦੈਟ ਆਲਵੇਸ ਟੂ ਬੀ ਗਿਵਨ ਬਾਏ ਦਾ ਟੈਂਜੈਂਟ ਡਰਾਨ ਐਟ ਅ ਗਿਵਨ ਪੁਆਇੰਟ। ਤੁਸੀਂ ਕਿਸੇ ਵੀ ਪੁਆਇੰਟ ਤੇ ਜੇ ਆ ਮੈਗਨੈਟਿਕ ਲਾਈਨ ਡਰਾ ਕਰਦੇ ਹੋ ਤੇ ਕਿਸੇ ਵੀ ਪੁਆਇੰਟ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਹੋਏਗੀ ਇਟ ਇਜ਼ ਆਲਵੇਸ ਟੂ ਬੀ ਡਰਾਨ ਬਾਏ ਦਾ ਟੈਂਜੈਂਟ ਡਰਾਨ ਐਟ ਦੈਟ ਪੁਆਇੰਟ। ਉਸ ਪੁਆਇੰਟ ਤੇ ਟੈਂਜੈਂਟ ਡਰਾ ਕਰੋ ਉਹ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੇਗਾ ਉਸ ਪੁਆਇੰਟ ਤੇ। ਸੈਕਿੰਡ ਪ੍ਰਾਪਰਟੀ ਉਹਨੇ ਕਹੀ, ਕਹਿੰਦਾ ਜੀ ਨੋ ਟੂ ਮੈਗਨੈਟਿਕ ਫੀਲਡ ਲਾਈਨ ਵਿਲ ਇੰਟਰਸੈਕਟ ਈਚ ਅਦਰ।
किसी भी मोमेंट पे असि आ नहीं दिखा पावे कि दो मैगनेटिक पे लाइना इंटरसेक्ट करके चल रही हैं। आ पाथ जदों दिखावांगे इस वेले सेपरेट मैगनेटिक पे लाइन आएंगी, किसी भी मूवमेंट पे इस टाइप की कोई मैगनेटिक पे लाइन नहीं आएगी, क्योंकि एट द पॉइंट ऑफ ए इंटरसेक्शन वी हैव द टू डिफरेंट डायरेक्शन फॉर द सेम मैगनेटिक पे। इलेक्ट्रिक फील्ड लाइन का मैगनेटिक का जिथे डिफरेंस हो प्रॉपर्टी बोल रहे हैं। इलेक्ट्रिक फील्ड लाइन असं डिफाइन करते दीज आर द डिसकंटीन्यूअस लाइन, उसका मतलब असं ये लेते सी कि भी पॉजिटिव चार्ज ते नेगेटिव चार्ज, पॉजिटिव चार्ज तो इलेक्ट्रिक फील्ड लाइन आउटवर्ड निकलेगी तो नेगेटिव दे इनवर्ड जाएगी, रिवर्स पाथ नहीं पॉसिबल। पर मैग्नेटिक फील्ड लाइन दा विच जो भी दिखावांगे इट ऑलवेज टू बी फॉर्म अ क्लोज्ड लूप। क्लोज लूप का मतलब यह होगा आउटसाइड द मैगनेट, मैगनेटिक फील्ड लाइन जी होगी वो हमेशा मेरे को नॉर्थ टू साउथ डायरेक्शन होगी, नॉर्थ टू साउथ डायरेक्शन होगी। इन साइड का मैगनेट यदि डायरेक्शन में को जी साउथ टू नॉर्थ आ जाएगी। इट मीनस इन्हें हमेशा ही एक कंटिन्यूस क्लोज लूप फॉर्म करना। क्या आप प्रॉपर्टीज क्लियर है? यस सर। इन्हें आप किसी को कोई डाउट हो गया एक बार जरूर बोल दो पहले। सर वो आपने इलेक्ट्रिक फील्ड लाइन से कंपेयर किया था वो वाला थोड़ा इलेक्ट्रिक लाइन जो भी ड्रॉ होंगी पॉजिटिव चार्ज इतने जो मान ली मानते हैं टेस्ट चार्ज पिया जिहड़ा कि पॉजिटिव आ, पॉजिटिव पॉजिटिव नूं रिपेल करके आउटवर्ड इलेक्ट्रिक फील्ड कढ़दा, नेगेटिव उस पॉजिटिव टेस्ट चार्ज नूं अट्रैक्ट करके इनवर्ड इलेक्ट्रिकल दिखांदा, ते इहदा मतलब रिवर्स लाइन इत्थे पॉसिबल नहीं होएगी। इहदा मतलब है इहदा पाथ जिहड़ा होएगा वो डिसकंटीन्यूअस आ, वो क्लोज पाथ फॉर्म नहीं करदा, जबकि मैगनेटिक लाइन जिहड़ियां ने इह हमेशा कंटीन्यूअस क्लोज लूप बनांदियां ने। आउटसाइड दा मैगनेट डायरेक्शन ऑफ मैगनेटिक फील्ड हमेशा नॉर्थ टू साउथ रहेगा, इनसाइड हमेशा इहदी डायरेक्शन साउथ टू नॉर्थ अलाइंड हो जांदी। ओके सर। नेक्स्ट प्रॉपर्टी है कि यदि नेक्स्ट प्रॉपर्टी पे शुरू करेंगे और वो प्रॉपर्टी रहेगी तो अगर कि भी जे मेरे को दो सिमिलर पोल्स ने तो सिमिलर पोल ऑलवेज रिपेल ईच अदर ते ओपोजिट पोल ऑलवेज अट्रैक्ट ईच अदर, और उसे इदा डिफाइन कर दें कि दीज मैग्नेटिक फील्ड लाइन विल ऑलवेज एग्जर्ट द लेटरल प्रेशर, these magnetic field lines will always exert the lateral pressure due to repulsion between the like charges, due to repulsion between the like pole. yani je mere kol do like poles ne, ek magnet da north itthe hai te thalle dooji magnet da vi mere kol north aa, yani do magnet de similar pole face ho rahe aa, te hamesha inna magnetic field lines ne आउटवर्ड बल्क आउट करेगा बाहर खिलारेगा लाइन नाम देने की मतलब इस रीजन के अंदर लेटरल प्रेशर बनता पाया, लेटरल एरिया वास्ते डिफाइन हो रहा वर्ड, ठीक है, इस रीजन के अंदर एरियल प्रेशर बनता पाया जिदे करके मैग्नेटिक फील्ड लाइन जिहड़ियां ने वो आउटवर्ड निकल दियां, ठीक है, ड्यू टू कहना जी रिपल्शन बिटवीन द लाइक चार्जेस। ते जे एदी थां ते मेरे को सिमिलर यानी ओपोजिट पोल आ जाए, एक मैगनेट का नॉर्थ आ गया और सैकेंड मैगनेट का मेरे को साउथ आ जाए, ते दीज लाइन ऑलवेज एग्जर्ट द लोंगिट्यूडनल कंट्रैक्शन, अपनी लेंथ दे अलोंग ए लाइना जिहड़ियां ने ए कॉन्ट्रैक्ट कर दियां, यानी इस वे ना इन्हां लाइना ने एक रीजन च श्रिंक करना ड्यू टू रिपल्श ड्यू टू अट्रैक्शन बिटवीन द ओपोजिट पोल, यानी ओपोजिट पोल दे करके असीं वर्ड यूज करदे कि दीज लाइन लोंगिट्यूडनली कंट्रैक्ट
लाइना लॉन्गिट्यूडनली, लॉन्गिट्यूडनली वर्ड का मतलब है अपनी लेंथ दे अलोंग ए लाइना श्रिंक कर दिया, जबकि जेड़ा आ केस होएगा ए तुसी वर्ड यूज कर दे कि दीस लाइन विल एग्जर्ट द लेटरल प्रेशर, दीस लाइन विल एग्जर्ट द लेटरल प्रेशर ड्यू टू रिपल्शन बिटवीन द कहना जी लाइक फोर्स। क्या आप प्रॉपर्टीज क्लियर है? यस सर, यस सर, यस सर। जे इना प्रॉपर्टी प्रॉपर्टीज थोड़ी कंप्लीट आ, जे इना प्रॉपर्टीज किसी नु कोई डाउट है तो एक बार जरूर दसो बच्चे, कोई टर्म नहीं क्लियर तो एक बार बोल दो पहले। लेटरल प्रेशर मर्जी, लेटरल प्रेशर को तो एरियल प्रेशर नु कहने, एक रीजन दे अंदर, यानी जे मैं आ दो मैग्नेट दे सिमिलर पोल लेके बैठा ना ते इधर बीच गब्बे जेकर आ लवा ते इथो जेडी मैग्नेटिक लाइना थल्ले नु मुड़नीया वा, इधरों जी मैगनैटिक लाइना उपर जानिया, ये इस रीजन के प्रैशर बना दी, ठीक है, क्योंकि रिपल्शन आ प्रैशर बनता, प्रैशर करके लाइना बाहर फैल दियाँ, तो जो बाहर निकल दया पतलब इन्हें प्रैशर पैदा पाया, जिदा बैलून के प्रैशर बने तो वह बाहर बल्क आउट करता, वह खुलता वा। इन सिमिलर वे इस रीजन च लेटरल प्रैशर के बनन करके, ठीक है, इन्होंने इस लाइनज न आउटवर्ड पुल करना वा, जिदे करके ये लाइना श्रिंक नहीं होंगे एक रीजन च, ये लाइना एक रीजन तो बाहर फैल दिया, उस चीज को नाम दे देने कि भी दीज लाइन विल एग्जर्ट द लेटरल प्रेशर ड्यू टू रिपल्शन बिटवीन द कहना जी लाइक फोर्स। क्लियर आ? चल जे होर किसे दा, हां जी बोलो बच्चे। सर अगर हम जो सेम पोल्स वाली लाइंस को एक्सटेंड करते हैं तो सर ये आगे जाके मतलब पैरेलल करती है? नहीं लाडे, यही तो कह रहे पुत, ये लाइना एक दूजे वाल अप्रोच ही नहीं कर दिया, क्योंकि ये लाइना अपने रिजन तो बाहर नु फैल दिया, इहदा मतलब नहीं सर, जहां पे इहदा पाथ जेड़ा होएगा ना लाइंस दा कुछ इस वे ना इना दा पाथ बनना, ठीक है ना, इन्होंने इस रिजन दे अंदर किसी भी वे ना इदा करके अंदर नु नहीं आना, क्योंकि इन्हां च अट्रैक्शन दा बननी नहीं, रिपल्शन बननी आ, ठीक है ना, तो रिपल्शन करके ये लाइना बाहर नु निकल दिया। उस रीजन च मैग्नेटिक इफेक्ट एक्सपीरियंस ही नहीं होना। okay, sir. हाँ जी, होर कोई डाउट है किसी का तो एक बार जरूर बोलो बेटा, पहलो इना क्लियर है सारे नो? यस सर, यस सर। चल जेड़ा हुन अगला टॉपिक करन लगे आपा, ठीक है, वो भी ऐसा जो अपना 1B दे नाल ही लिंक्ड रहेगा, 1B दे विच आपा टॉपिक पढ़ने इलेक्ट्रिक डाइपोल एंड डाइपोल मूवमेंट, आप अगे भी कई बार गल की सेम डिटो पर चो ही वर्ड मिलती है, इलेक्ट्रिक डाइपोल की थां ते हुण अपना वर्ड स्टैंड करता पिया मैग्नेटिक डाइपोल। मैग्नेटिक डाइपोल एस सच आपां जिहनूं डिफाइन करदे पिया कि भी अपने कोल कोई भी मैगनेट होए, आपां उच्च इक वर्ड यूज कीता कि व्हेनेवर अ मैगनेट इज डिवाइडेड इनटू नंबर ऑफ पार्ट्स देन ईच स्मॉल पार्ट इज अ कंप्लीट मैगनेट, यानी मैगनेट जदों एग्जिस्ट करेगी मोनोपोल दी फॉर्म च एग्जिस्ट नहीं करदी, मैग्नेट हमेशा मेरे को अपने डाइपोल की फॉर्म च एग्जिस्ट कर दी है, सिर्फ इन्ना सीगा आपां कहा कि जो मैगनेट नंबर ऑफ पार्ट च डिवाइड करते चलांगे, ठीक है, उसकी लेंथ वाइज डिवाइड करा या लेंथ दे परपेंडिकुलर डिवाइड करा, दोनों केसेस च उसकी मैगनेटिक डाइपोल मूवमेंट जिहड़ी वह घट जानी है, ठीक है, मैं कल वाली गल कहना पिया, आपां कहा सी जे मैगनेट नूं इदां डिवाइड कर दीए या मैगनेट नूं इस वे ना डिवाइड कर दीए, पर की होएगा जो लेंथ वाइज डिवाइड करांगा तो इस मैगनेट के जिहड़े पोल्स ने, जिहड़े मैगनेट के पोल्स ने इन्हां पोल की स्ट्रेंथ रिड्यूस हो जानी, पर लेंथ ऑफ द टू मैगनेट, जिहड़ियां दो मैगनेट बनियां इहदी लेंथ सेम आ पर पोल स्ट्रेंथ हाफ अप हो गई, पर जे मैं इन्हों ऐसे जिस वे ना लेंथ वाइज डिवाइड करावा आ दो सैगमेंट आ दो मैगनेट बना देवा, इस वे ना होके आ मेरी मैगनेट के दो पार्ट बन गए, एक आवली मैगनेट बन जाए और एक इस साइड च मैगनेट बन जाए, तो इस केस के अंदर पोल स्ट्रेंथ नहीं चेंज होंगी,
पर इस केस जो थी लेंथ जड़ी वो हाफ होगी ता मैग्नेटिक डाइपोल मोमेंट हाफ हो जाती ओही सेम चीज नो अपन हुन डिफाइन करदे पए कि जे मैग्नेटिक डाइपोल लवा तुसी ये कहने कि मैग्नेट ऑलवेज एग्जिस्ट इन द फॉर्म ऑफ ए डाइपोल मैग्नेट हमेशा डाइपोल दी फॉर्म च एग्जिस्ट कर दिया ठीक है हमेशा ओदे दो ऑपोजिट पोल ने जिन्हां दी पोलैरिटी ऑपोजिट होएगी पर स्ट्रेंथ ऑफ द टू पोल ऑलवेज रिमेन सेम ਦੋਨਾਂ ਦੇ ਦੋਨੋਂ ਪੋਲ ਦੀ ਸਟਰੈਂਥ ਹਮੇਸ਼ਾ ਆਪਸ ਚ ਸੇਮ ਹੋਏਗੀ ਪਰ ਪੋਲੈਰਿਟੀ ਇਹਨਾਂ ਦੀ ਓਪੋਜ਼ਿਟ ਆ ਤੇ ਸਟਰੈਂਥ ਹੋਏਗੀ ਕਿੰਨੀ ਉਹਨੂੰ ਮੈਗਨੈਟਿਕ ਡਾਈਪੋਲ ਮੂਵਮੈਂਟ ਨਾਲ ਡਿਫਾਈਨ ਕਰਦੇ ਆ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਇੱਕ ਅਸੀਂ ਆ ਪੜਿਆ ਐਨ ਆਈ ਏ ਇਹ ਉੱਥੇ ਲੱਗਦਾ ਜਦੋਂ ਮੇਰੇ ਕੋਲ ਐਸ ਐਚ ਕਿਸੇ ਕਰੰਟ ਕੈਰਿੰਗ ਲੂਪ ਚ ਕਰੰਟ ਪਾਸ ਹੁੰਦਾ ਪਿਆ ਯਾਨੀ ਜੇ ਆ ਕਰੰਟ ਕੈਰਿੰਗ ਲੂਪ ਮੇਰੀ ਜਿਹੜੀ ਆ ਇਹ ਜੇ ਮੈਗਨੈਟ ਬਿਹੇਵ ਕਰੇਗੀ ਤੇ ਇਸ ਮੈਗਨੈਟ ਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਐਨ ਆਈ ਏ ਤੇ ਜੇ ਮੇਰੇ ਕੋਲ ਐਸ ਐਚ ਪਰਮਾਨੈਂਟ ਬਾਰ ਮੈਗਨੈਟ ਗਿਵਨ ਆ ਤੇ ਇਹਦੀ ਮੈਗਨੈਟਿਕ ਡਾਈਪੋਲ ਮੂਵਮੈਂਟ ਦਾ ਫਾਰਮੂਲਾ ਪੋਲ ਸਟਰੈਂਥ ਆਫ ਆਈਦਰ ਪੋਲ ਇਨਟੂ ਡਿਸਟੈਂਸ ਬਿਟਵੀਨ ਦਾ ਟੂ ਪੋਲ ਯਾਨੀ ਇਹਦੇ ਬਰਾਬਰ ਹੋਏਗਾ ਔਰ ਦੋਨਾਂ ਫਾਰਮੂਲਿਆਂ ਨੂੰ ਕੰਪੇਅਰ ਕਰਕੇ ਅਸੀਂ ਪੋਲ ਸਟਰੈਂਥ ਦਾ ਯੂਨਿਟ ਡਿਫਾਈਨ ਕਰ ਦਿੰਦੇ ਇਥੋਂ ਐਮ ਦਾ ਯੂਨਿਟ ਡਿਫਾਈਨ ਕਰਾਂ ਆਪਣੇ ਕੋਲ ਆ ਜਾਏਗਾ ਐਨ ਆਈ ਏ ਬਾਈ 2 ਐਲ ਐਨ ਨੰਬਰ ਆਫ ਟਰਮਸ ਆ ਕੋਈ ਯੂਨਿਟ ਨਹੀਂ ਆਈ ਕਰੰਟ ਆ ਐਂਪੀਅਰ ਆ ਗਿਆ ਏਰੀਆ ਮੇਰਾ ਮੀਟਰ ਸਕੁਅਰ ਆ ਗਿਆ ਓਵਰ ਲੈਂਥ ਮੇਰੀ ਮੀਟਰ ਚ ਆ ਗਈ ਮੀਟਰ ਕੈਂਸਲ ਆਊਟ ਕਰਕੇ ਪੋਲ ਸਟਰੈਂਥ ਦਾ ਯੂਨਿਟ ਜਿਹੜਾ ਵਾ ਉਹ ਐਂਪੀਅਰ ਮੀਟਰ ਆ ਜਾਏਗਾ ਆ ਇਹਦਾ ਯਾਨੀ ਮੇਰੇ ਕੋਲ ਜਿਹੜਾ ਐਸ ਐਚ ਯੂਨਿਟ ਆ ਜੂ ਔਰ ਡਾਇਮੈਂਸ਼ਨਲ ਫਾਰਮੂਲਾ ਇਹਦਾ ਲਿਖਣਾ ਉਹ a ਇਨਟੂ l ਆ ਜਾਏਗਾ ਡਾਇਮੈਂਸ਼ਨਲ ਫਾਰਮੂਲਾ ਦਾ a ਇਨਟੂ l ਆ ਜਾਏਗਾ ਔਰ ਯੂਨਿਟ ਇਹਦਾ ਮੇਰੇ ਕੋਲ ਐਂਪੀਅਰ ਮੀਟਰ ਆ ਜੂ ਕਿਆ ਇਨੀ ਟਰਮ ਕਲੀਅਰ ਆ ਯੈਸ ਸਰ ਯੈਸ ਸਰ ਉਸ ਤੋਂ ਬਾਅਦ ਜਦੋਂ ਆਪਾਂ ਡਿਫਾਈਨ ਕਰਦੇ ਕਿ ਐਸ ਐਚ ਮੇਰੇ ਕੋਲ ਇਲੈਕਟ੍ਰਿਕ ਡਾਈਪੋਲ ਹੋਵੇ ਤੇ ਇਲੈਕਟ੍ਰਿਕ ਡਾਈਪੋਲ ਜੇ ਅਸੀਂ ਕਹਿੰਦੇ ਕਿ ਵੀ ਐਸ ਐਚ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਜਿਹੜੀ ਆ ਉਹ ਪੋਜ਼ਿਟਿਵ ਟੂ ਨੈਗੇਟਿਵ ਹੁੰਦੀ ਆ ਔਰ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਅਸੀਂ ਉੱਤੇ ਡਿਫਾਈਨ ਕੀਤੀ ਹੋਈ ਆ ਨੈਗੇਟਿਵ ਟੂ ਪੋਜ਼ਿਟਿਵ ਸਿਮਿਲਰਲੀ ਜੇ ਮੈਗਨੇਟ ਦੇ ਮੈਗਨੈਟਿਕ ਪੋਲ ਦੇ ਅਕੋਰਡਿੰਗਲੀ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਦੱਸਣੀ ਹੋਵੇ ਤੇ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਨਾਰਥ ਟੂ ਸਾਊਥ ਆ ਮੈਗਨੈਟਿਕ ਫੀਲਡ ਦੀ ਡਾਇਰੈਕਸ਼ਨ ਨਾਰਥ ਟੂ ਸਾਊਥ ਆ ਤੇ ਜਦਕਿ ਡਾਈਪੋਲ ਮੂਵਮੈਂਟ ਦੀ ਡਾਇਰੈਕਸ਼ਨ ਜਿਹੜੀ ਆ ਐਮ ਦੀ ਇਹ ਹਮੇਸ਼ਾ ਮੇਰੇ ਕੋਲ ਕਹਿੰਦਾ ਕਿ ਐਸ ਐਚ ਸਾਊਥ ਟੂ ਨਾਰਥ ਯਾਨੀ ਮੈਗਨੈਟਿਕ ਡਾਈਪੋਲ ਮੂਵਮੈਂਟ ਤੇ ਮੈਗਨੈਟਿਕ ਫੀਲਡ ਇਹ ਡਾਇਰੈਕਸ਼ਨ ਵਾਈਜ਼ ਮੇਰੇ ਕੋਲ ਆਪੋਜ਼ਿਟ ਆ ਜਨਰਲ ਮੈਗਨੈਟ ਦੇ ਅੰਦਰ ਕਿਆ ਇਹ ਨਹੀਂ ਗੱਲ ਕਲੀਅਰ ਆ ਯੈਸ ਸਰ ਯੈਸ ਸਰ ਇਹਨਾਂ ਸਮਾਂ ਲੱਗ ਰਿਹਾ ਬੜਾ ਸਾਰਿਆਂ ਨੂੰ ਯੈਸ ਸਰ ਯੈਸ ਸਰ ਚਲ ਹੁਣ ਇਸੇ ਨਾਲ ਗੱਲ ਕੰਟੀਨਿਊ ਕਰ ਰਹੇ ਆਪਾਂ ਹੁਣ ਟੌਪਿਕ ਜਿਹੜੇ ਆਪਣੇ ਕੋਲ ਬਣਨੇ ਆ ਠੀਕ ਹੈ ਜਿਹੜੇ ਹੈ ਨਹੀਂ ਉਹ ਇੱਕ ਵਾਰੀ ਦੱਸਣ ਲੱਗਿਆ ਜਲਦੀ ਜਲਦੀ ਸਮਝ ਲਿਓ ਤਾਂ ਕਿ ਨਮੈਰੀਕਲ ਵੇਲੇ ਤੁਹਾਨੂੰ ਫਾਰਮੂਲੇ ਜ਼ਰੂਰ ਆਉਂਦੇ ਰਹਿਣ ਆਪਾਂ ਜੇ ਐਸ ਐਚ ਲਈਏ ਟੌਪਿਕ ਹੈਗਾ ਐਕਸਪ੍ਰੈਸ਼ਨ ਫਾਰ ਮੈਗਨੈਟਿਕ ਫੀਲਡ ਇੰਟੈਂਸਿਟੀ ਔਨ ਦਾ ਐਕਸੀਅਮ ਲਾਈਨ ਐਕਸਪ੍ਰੈਸ਼ਨ ਫਾਰ ਔਰ ਇਹ ਨੋਟ ਕਰਨ ਵਾਲਾ ਕੰਮ ਨਹੀਂ ਹੋਏਗਾ ਸਿਰਫ ਸਮਝ ਲਈਓ ਬੇਟਾ ਐਕਸਪ੍ਰੈਸ਼ਨ ਫਾਰ ਮੈਗਨੈਟਿਕ ਫੀਲਡ ਇੰਟੈਂਸਿਟੀ ਔਨ ਐਕਸੀਅਮ ਲਾਈਨ ਆਫ ਮੈਗਨੈਟਿਕ ਡਾਈਪੋਲ ਸੇਮ ਜਿੱਦਾਂ ਆਪਾਂ ਆ ਕੀਤਾ ਸੀਗਾ ਕਿ ਜੇ ਇਲੈਕਟ੍ਰਿਕ ਡਾਈਪੋਲ ਗਿਵਨ ਆ ਠੀਕ ਹੈ ਜੇ ਇਲੈਕਟ੍ਰਿਕ ਡਾਈਪੋਲ ਗਿਵਨ ਆ ਏ ਬੀ ਪਲੱਸ ਕਿਊ ਤੇ ਮਾਈਨਸ ਕਿਊ ਦੋ ਚਾਰਜ ਨੇ ਡਾਈਪੋਲ ਦੀ ਲੈਂਥ ਅਸੀਂ ਕਿਹਾ ਸੀ ਜੀ 2L ਆ ਡਾਈਪੋਲ ਦੇ ਸੈਂਟਰ ਤੋਂ ਜਿੱਥੇ ਪੁਆਇੰਟ ਆਫ ਆਬਜ਼ਰਵੇਸ਼ਨ ਆ ਠੀਕ ਹੈ ਇਹ ਅਸੀਂ ਦੋ ਪੁਆਇੰਟ ਨਾਮ ਦਿੱਤੇ ਸੀ ਇਹਨੂੰ ਐਂਡ ਔਨ ਪੋਜੀਸ਼ਨ ਤੇ ਬ੍ਰੌਡ ਸਾਈਡ ਪੋਜੀਸ਼ਨ ਐਂਡ ਔਨ ਪੋਜੀਸ਼ਨ ਐਕਸੀਅਲ ਲਾਈਨ ਨੂੰ ਕਹਿੰਦੇ ਤੇ ਬ੍ਰੌਡ ਸਾਈਡ ਪੋਜੀਸ਼ਨ ਦੀ ਇਕੁਟੋਰੀਅਲ ਲਾਈਨ ਨੂੰ ਕਵਾਂਗੇ ਠੀਕ ਹੈ ਇਸ ਵੇਲੇ ਆਪਾਂ ਐਂਡ ਔਨ ਲਾਈਨ ਦੀ ਗੱਲ ਕਰਦੇ ਪਏ ਯਾਨੀ ਐਕਸੀਅਲ ਲਾਈਨ ਦੀ ਸੋ ਐਕਸੀਅਲ ਲਾਈਨ ਵਾਲੇ ਕੇਸ ਦੇ ਅੰਦਰ ਅਸੀਂ ਕਿਹਾ ਸੀ ਆ ਪੁਆਇੰਟ ਦੇ ਉੱਤੇ ਇਸ ਪੁਆਇੰਟ ਦੇ ਉੱਤੇ ਅਸੀਂ ਰਿਜ਼ਲਟੈਂਟ ਇਲੈਕਟ੍ਰਿਕ ਫੀਲਡ ਕੱਢਣਾ ਇਸ ਡਾਈਪੋਲ ਦੇ ਦੋਨਾਂ ਚਾਰਜ ਦਾ ਤੇ ਜਿਹੜੇ ਪੁਆਇੰਟ ਤੇ ਅਸੀਂ ਇਲੈਕਟ੍ਰਿਕ ਫੀਲਡ ਕੈਲਕੂਲੇਟ ਕਰੀਦਾ ਉੱਤੇ ਅਸੀਂ ਆਪਣੇ ਕੋਲੋਂ ਇੱਕ ਟੈਸਟ ਚਾਰਜ ਸਪੋਜ਼ ਕਰਦੇ ਪਿਆ ਵਾ ਜਿਹੜਾ ਕਿ ਮੇਰਾ ਯੂਨਿਟ ਪੋਜ਼ਿਟਿਵ ਚਾਰਜ ਸੀਗਾ ਫਿਰ ਅਸੀਂ ਇੱਥੇ ਕਹਿੰਦੇ ਸੀ ਜੇ ਇੱਥੇ ਪੋਜ਼ਿਟਿਵ ਆ ਇਸ ਪੋਜ਼ਿਟਿਵ ਨੇ ਪੋਜ਼ਿਟਿਵ ਨੂੰ ਰਿਪੈਲ ਕੀਤਾ ਨੈਗੇਟਿਵ ਨੇ ਅਟਰੈਕਟ ਕੀਤਾ ਦੋ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆ ਗਈਆਂ ਮੁੜ ਕੇ ਨੈਟ ਕੱਢਦੇ ਸੀ ਡਿਟੋ ਵਰਡ ਚ ਇਹੀ ਸਾਰਾ ਕੁਝ ਮੇਰੇ ਲਿਖਣ ਲੱਗਿਆ ਕਿ ਜੇ ਆ ਮੇਰੇ ਕੋਲ ਇੱਕ ਮੈਗਨੈਟ ਗਿਵਨ ਆ ਜੇ ਆ ਮੇਰੇ ਕੋਲ ਇੱਕ ਮੈਗਨੈਟ ਗਿਵਨ ਆ ਠੀਕ ਹੈ ਮੈਗਨੈਟ ਦੇ ਦੋ ਪੋਲ ਆ ਗਏ ਮੇਰੇ ਕੋਲ ਨਾਰਥ ਤੇ ਸਾਊਥ ਪੋਲ
ठीक है, और मैगनेट की लेंथ जी है, मैगनेट की लेंथ जी आप डिफाइन कर देने अपने को 2L वेरिएबल सारे आप रख लेने, ठीक है जी। डाइपोल के सेंटर तो जिथे पॉइंट ऑफ ऑब्जरवेशन आ मैगनेट का मोनोपोल नहीं होंदा, असी अज्यूम है कीता कि इत्थे एक मैगनेट का मोनोपोल पिया वा जिहदी स्ट्रेंथ 1 यूनिट, मतलब एम दी वैल्यू 1 वा, ठीक है। पोल स्ट्रेंथ 1 एम्पीयर मीटर आ, पोल स्ट्रेंथ 1 एम्पीयर मीटर आ, और इस पोल की पोलैरिटी जिहड़ी इत्थे रखे वाले दी आ वो नॉर्थ पोल आ। क्या आ गल समझ आई? यस सर। नॉर्थ ने नॉर्थ नू रिपेल किया, आउटवर्ड मैग्नेटिक फील्ड लगा दिता। साउथ ने नॉर्थ नू अट्रैक्ट करना, इनवर्ड मैग्नेटिक फील्ड लगा दिता। इहदा मतलब इस टी पॉइंट ते मेरे दो मैग्नेटिक फील्ड आ गए, ठीक है, जिहदी वैल्यू आ जाएगी B2 माइनस B1, ठीक है जी। B2 मैगनेटिक फील्ड नियर बाय पोल दा, ते नियर बाय पोल दा मैगनेटिक फील्ड स्ट्रोंगर होएगा, फार एंड वाले दा मैगनेटिक फील्ड जिहड़ा वीकर, इसलिए B2 माइनस B1 मेरा नेट फील्ड आ जू। कितनी गल क्लियर आ? यस सर। यस सर। मतलब ये आ गई आपां मैगनेटिक दा फार्मूला केड़ा लईए। हुण इत्थे आके कई बारी डाउट बनना वो कित्थों लिखना, उस गल नूं दिमाग च समझियो। ਆਪਾਂ ਜੇ ਫੋਰਸ ਦਾ ਫਾਰਮੂਲਾ ਲਿਖੀਏ, ਜੇ ਆਪਾਂ ਫੋਰਸ ਦਾ ਫਾਰਮੂਲਾ ਲਿਖੀਏ ਮੈਗਨੈਟਿਕ ਫੋਰਸ ਦਾ, ਤੇ ਆਪਣਾ ਫਾਰਮੂਲਾ ਸੀਗਾ ਮਿਊ ਨੋਟ ਬਾਈ 4π ਇੰਟੂ m1 m2 ਓਵਰ r ਸਕੁਅਰ। ਕੀ ਆ ਕਲੀਅਰ ਹੈ ਜੋ ਲਿਖਿਆ ਮੈਂ? ਯੈਸ ਸਰ। ਹੁਣ ਆਪਣੇ ਜਿਹੜੇ ਦੋ ਪੋਲ ਆ ਹਨਾ, ਆ ਮੈਗਨੈਟ ਦੇ ਦੋਨਾਂ ਪੋਲ ਦੀ ਸਟਰੈਂਥ ਨੂੰ ਆਪਾਂ m1 ਕਹਿ ਦਿੰਦੇ, ਜਿਹੜਾ ਇੱਥੇ ਰੱਖਿਆ ਉਹਨੂੰ ਆਪਾਂ m2 ਮੰਨਿਆ, ਠੀਕ ਹੈ ਜੀ। m1 ਨੂੰ ਅਸੀਂ m ਰਹਿਣ ਦਾਂਗੇ, ਤੇ ਜਿਹੜਾ m2 ਆ ਉਹਨੂੰ 1 ਮੰਨ ਲਵਾਂਗੇ। ਇਹਦਾ ਮਤਲਬ f ਦਾ ਫਾਰਮੂਲਾ ਜੇ ਲਿਖਣਾ। ਔਰ ਇੱਕ ਹੋਰ ਚੀਜ਼ ਐਡ ਕਰ ਰਿਹਾ, ਜਿੱਦਾਂ ਇਲੈਕਟ੍ਰਿਕ ਫੋਰਸ ਨੂੰ ਇਲੈਕਟ੍ਰਿਕ ਫੀਲਡ ਦੀ ਫਾਰਮ ਚ ਲਿਖਣਾ ਹੋਵੇ, ਸਿਰਫ ਧਿਆਨ ਰੱਖਣ ਵਾਲੀ ਹੁਣ ਕਿਹੜੀ ਚੀਜ਼ ਆ, ਵੇਰੀਏਬਲ ਕਿੰਨਾ ਕਿਹੜਾ ਚੇਂਜ ਹੋਣਾ। ਫਾਰਮੂਲੇ ਮੰਨ ਵੀ ਤਾਂ ਚੁੱਕ ਲੈਣੇ ਆਪਾਂ, f ਇਕੁਅਲ ਟੂ QE ਹੁੰਦਾ, ਠੀਕ ਹੈ ਜੀ। ਇਲੈਕਟ੍ਰਿਕ ਫੋਰਸ ਹੋਵੇ ਤੇ f ਇਕੁਅਲ ਟੂ QE ਹੁੰਦਾ, मैग्नेटिक फोर्स होवे ते एफ इक्वल टू एम बी होगा। क्या गल समझ आई? यस सर। उते चार्ज स्ट्रेंथ आ, इते पोल स्ट्रेंथ आ, वो इलेक्ट्रिक फील्ड आ, ये मैग्नेटिक फील्ड आ। एनी गल समझ लगी? यस सर। यस सर। जेड़ा एम आ या इते जेड़ा क्यू आ, टेस्ट चार्ज या टेस्ट पोल आ। अपना टेस्ट पोल 1 एम्पीयर मीटर दा वा, इमल एम दी वैल्यू अपने केस च 1 आ, इसलिए जे आ m2 नु आपां इनु इदा लिख दिए, ठीक है जी। देयरफोर f इक्वल टू म्यू नॉट बाय 4 पाई m बाय r स्क्वायर इनटू 1, यानी अपना आ फार्मूले दी थां ते असल फार्मूला अपना आ बन जाएगा। क्या आ क्लियर है क्यों लाया फार्मूला? यस सर। यस सर। ਆ ਜਿੰਨੀ ਵੈਲਿਊ ਆ, ਠੀਕ ਹੈ, ਜੇ ਮੇਰੇ ਕੋਲ ਇਸ ਮੂਮੈਂਟ ਤੇ m ਦੀ ਵੈਲਿਊ 1 ਵਾ, ਆਪਣਾ ਇਸ ਮੂਮੈਂਟ ਤੇ ਆਪਣੇ ਕੇਸ ਦੇ ਅੰਦਰ m ਦੀ ਵੈਲਿਊ 1 ਵਾ, ਤੇ ਥੇਅਰਫੋਰ f ਤੇ b ਦੋਨੋਂ ਸੇਮ ਹੋ ਜੂ। ਇਮਰ ਇਲੈਕਟ੍ਰਿਕ ਫੋਰਸ ਤੇ ਇਲੈਕਟ੍ਰਿਕ ਫੀਲਡ, ਮੈਗਨੈਟਿਕ ਫੋਰਸ ਤੇ ਮੈਗਨੈਟਿਕ ਫੀਲਡ ਆਪਸ ਵਿੱਚ ਸੇਮ ਆ ਜੂ। ਯੈਸ ਯੈਸ ਸਰ। ਯੈਸ ਸਰ। ਤੇ ਜ
ਜਿਹਨੂੰ ਆਪਾਂ ਐਫ ਲਿਖਿਆ ਹੋਇਆ ਫਿਰ ਇਸ ਐਫ ਦੀ ਥਾਂ ਤੇ ਇਹਨੂੰ ਆਪਾਂ ਬੀ ਦੀ ਫਾਰਮ ਚ ਲਿਖ ਸਕਦੇ ਹਾਂ ਜੀ ਯੈਸ ਯੈਸ ਫਾਰਮੂਲੇ ਦੇ ਅਕੋਰਡਿੰਗਲੀ ਅਸੀਂ ਬੀ ਟੂ ਤੇ ਬੀ ਵਨ ਡਿਫਾਈਨ ਕਰ ਦਿੰਦੇ ਫਿਰ ਠੀਕ ਹੈ ਜਿਹੜੀ ਹੁਣ ਜੇ ਇਹਨੂੰ ਮੈਂ ਬਣਾ ਕੇ ਚੱਲਾਂ ਆਹੀ ਚੀਜ਼ ਇੱਥੇ ਦੁਬਾਰਾ ਲਿਖ ਰਿਹਾ ਆਪਣਾ ਬੀ ਦਾ ਫਾਰਮੂਲਾ ਆ ਗਿਆ ਮਿਊ ਨਾਟ ਬਾਈ 4 ਪਾਈ ਐਮ ਇਨਟੂ 1 ਓਵਰ ਆਰ ਸਕੁਅਰ ਇਹ ਜਨਰਲ ਸੀਗਾ ਜੇ ਆਪਾਂ ਆਪਣਾ ਬੀ ਵਨ ਲਿਖਣਾ ਤੇ ਆਪਣੇ ਕੋਲ ਆ ਜਾਏਗਾ ਮਿਊ ਨਾਟ ਬਾਈ 4 ਪਾਈ ਐਮ ਇਨਟੂ 1 ਓਵਰ ਆਰ ਬੀ ਵਨ ਮੈਗਨੈਟਿਕ ਫੀਲਡ ਇਸ ਨਾਰਥ ਪੋਲ ਦਾ ਵਾ ਯਾਨੀ ਐਨ ਤੋਂ ਲੈ ਕੇ ਪੀ ਤੱਕ ਦਾ ਡਿਸਟੈਂਸ ਲੈਣਾ ਉਹ ਮੇਰਾ ਆਰ ਪਲੱਸ ਐਲ ਬਣਦਾ ਯਾਨੀ ਓਵਰ ਆ ਗਿਆ ਐਨ ਪੀ ਸਕੁਅਰ ਇਹਨੂੰ ਲਿਖਣਾ ਤੇ ਵੈਲਿਊ ਬਣ ਗਈ ਮਿਊ ਨਾਟ ਬਾਈ 4 ਪਾਈ ਐਮ ਇਨਟੂ 1 ਓਵਰ ਕਿੰਨਾ ਜੀ ਆਰ ਪਲੱਸ ਐਲ ਦਾ ਸਕੁਅਰ ਆ ਕਲੀਅਰ ਯੈਸ ਸਰ ਸਿਮੀਲਰਲੀ ਜੇ ਬੀ ਟੂ ਡਿਫਾਈਨ ਕਰ ਲਓ ਤੇ ਆਪਣਾ ਫਾਰਮੂਲਾ ਆ ਜਾਏਗਾ ਮਿਊ ਨਾਟ ਬਾਈ 4 ਪਾਈ ਐਮ ਓਵਰ ਕਿੰਨਾ ਜੀ ਆਰ ਮਾਈਨਸ ਐਲ ਸਕੁਅਰ ਆ ਮੇਰੇ ਦੋ ਮੈਗਨੈਟਿਕ ਫੀਲਡ ਦੇ ਫਾਰਮੂਲੇ ਕਿੱਦਾਂ ਬਣਾਏ ਕਲੀਅਰ ਆ ਯੈਸ ਸਰ ਇਸਨੂੰ ਸੋਲਵ ਕਰਕੇ ਲਿਖੀਏ ਆਰ ਪਲੱਸ ਐਲ ਇੱਧਰ ਆ ਜਾਣਾ ਆਰ ਪਲੱਸ ਐਲ ਦਾ ਸਕੇਅਰ ਆਰ ਮਾਈਨਸ ਐਲ ਦਾ ਸਕੇਅਰ ਇੱਧਰ ਜਾਣਾ ਠੀਕ ਹੈ ਸਟੈਪ ਐਡ ਕਰਨਾ ਕਰ ਸਕਦੇ ਹੋ ਮਿਊ ਨਾਟ ਬਾਈ 4 ਪਾਈ ਇੱਕ ਦੀ ਡੈਰੀਵੇਸ਼ਨ ਤੁਹਾਨੂੰ ਪੂਰੀ ਕਰਕੇ ਦੇਊਂਗਾ ਠੀਕ ਹੈ ਬਾਕੀਆਂ ਦੀ ਡੈਰੀਵੇਸ਼ਨ ਨਹੀਂ ਆਪਾਂ ਪੂਰੀ ਕਰਨੀ ਮੈਂ ਸਿਰਫ ਉਹਦੀ ਫਿਗਰ ਵਾਈਜ਼ ਤੁਹਾਨੂੰ ਐਕਸਪਲੇਨ ਕਰ ਦਾਂਗਾ ਬੇਟਾ ਕਿਉਂਕਿ ਡੈਰੀਵੇਸ਼ਨ ਆਣੀ ਨਹੀਂ ਸਿਰਫ ਆਪਣਾ ਟਾਈਮ ਦਾ ਟਾਈਮ ਵੇਸਟ ਹੋਏਗਾ ਇੱਥੇ ਚਲੀਏ ਤੇ ਆ ਜਾਏਗੀ ਟਰਮ ਆਰ ਪਲੱਸ ਐਲ ਸਕੇਅਰ ਮਾਈਨਸ ਆਰ ਮਾਈਨਸ ਐਲ ਸਕੇਅਰ ਓਵਰ ਆ ਗਿਆ ਆਰ ਸਕੁਅਰ ਮਾਈਨਸ ਐਲ ਸਕੁਅਰ ਦਾ ਹੋਲ ਸਕੁਅਰ ਕਲੀਅਰ ਹੈ ਜੀ ਯੈਸ ਸਰ ਯੈਸ ਸਰ ਚਲ ਜੇ ਹੁਣ ਇਸੇ ਨੂੰ ਆਪਾਂ ਸਿੰਪਲੀਫਾਈ ਕਰੀਏ ਤੇ a ਪਲੱਸ b ਦਾ ਹੋਲ ਸਕੁਅਰ ਮਾਈਨਸ a ਮਾਈਨਸ b ਦਾ ਹੋਲ ਸਕੁਅਰ ਇਹ ਮੇਰਾ 4ab ਬਚਣਾ ਇਹ ਮਤਲਬ ਆਪਣੇ ਕੋਲ ਜਿਹੜੀ ਟਰਮ ਬਚੇਗੀ ਉਹ ਚ b ਆ ਗਿਆ ਮਿਊ ਨਾਟ ਬਾਈ 4 ਪਾਈ ਮਿਊ ਨਾਟ ਬਾਈ 4 ਪਾਈ m ਇਨਟੂ 4a ਇਨਟੂ b ਓਵਰ ਆ ਗਿਆ ਆਰ ਸਕੁਅਰ ਮਾਈਨਸ ਐਲ ਸਕੁਅਰ ਦਾ ਹੋਲ ਸਕੁਅਰ ਕਲੀਅਰ ਆ ਯੈਸ ਸਰ ਯੈਸ ਸਰ ਕੋਡ ਕੇ 2 ਇਨ ਕਰ ਲਈਏ ਇਹਨੂੰ ਆਪਾਂ ਇਦਾਂ ਲਿਖ ਲਈਏ ਮਿਊ ਨਾਟ ਬਾਈ 4 ਪਾਈ ਐਮ ਇਨਟੂ 2 ਇਨਟੂ 2 ਆਰ ਇਨਟੂ ਐਲ ਓਵਰ ਆਰ ਸਕੁਅਰ ਮਾਈਨਸ ਐਲ ਸਕੁਅਰ ਦਾ ਹੋਲ ਸਕੁਅਰ ਤੇ ਆ ਐਮ ਇਨਟੂ 2 ਇਨਟੂ ਐਲ ਠੀਕ ਹੈ ਜੀ ਐਮ ਇੰਟੂ 2 ਇੰਟੂ ਐਲ ਇਹਨੂੰ ਅਸੀਂ ਮੈਗਨੈਟਿਕ ਡਾਈਪੋਲ ਮੂਮੈਂਟ ਐਮ ਲਿਖ ਸਕਦੇ ਹਾਂ ਯੈਸ ਸਰ ਇਹਨਾਂ ਇਹਦੀ ਥਾਂ ਤੇ ਡਿਫਾਈਨ ਕਰੀਏ ਤਾਂ ਆਪਣਾ ਫਾਰਮੂਲਾ ਆ ਗਿਆ ਮਿਊ ਨਾਟ ਬਾਈ 4 ਪਾਈ 2 ਐਮ ਆਰ ਓਵਰ ਆਰ ਸਕੁਅਰ ਮਾਈਨਸ ਐਲ ਸਕੁਅਰ ਦਾ ਹੋਲ ਸਕੁਅਰ ਯਾਨੀ ਆ ਮੇਰੇ ਕੋਲ ਮੈਗਨੈਟਿਕ ਫੀਲਡ ਡਿਊ ਟੂ ਡਾਈਪੋਲ ਆ ਜਾਏਗਾ ਕਿਆ ਸਮੇਂ ਲੱਗਿਆ ਯੈਸ ਸਰ ਲਾਸਟ ਕੰਡੀਸ਼ਨ ਆਪਾਂ ਕੀ ਸੀਗੀ ਆਪਾਂ ਨੂੰ ਯਾਦ ਹੋਵੇ ਇਹ ਨਾਰਮਲ ਡਾਈਪੋਲ ਦਾ ਆਰਟੀਕਲ ਬਣ ਗਿਆ ਤੇ ਜੇ ਮੇਰਾ ਸ਼ਾਰਟ ਡਾਈਪੋਲ ਹੋਵੇ ਠੀਕ ਹੈ ਜਿਹੜਾ ਗਿਵਨ ਡਾਈਪੋਲ ਆ ਇਹਨੂੰ ਸ਼ਾਰਟ ਡਾਈਪੋਲ ਮੰਨੀਏ ਤੇ ਸ਼ਾਰਟ ਡਾਈਪੋਲ ਦੇ ਕੇਸ ਇਹ ਸੀਗਾ ਕਿ ਜਿਹੜਾ ਆਰ ਹੈਗਾ ਦੈਟ ਇਜ਼ ਕੁਆਇਟ ਲਾਰਜਰ ਐਸ ਕੰਪੇਅਰ ਟੂ ਹਾਫ ਲੈਂਥ ਆਫ ਦਾ ਡਾਈਪੋਲ ਮਤਲਬ ਆ ਕੰਡੀਸ਼ਨ ਇਫ ਆਰ ਇਜ਼ ਵੈਰੀ ਮੱਚ ਗ੍ਰੇਟਰ ਦੈਨ ਐਲ ਜੇ ਆਰ ਦੀ ਵੈਲਿਊ ਮੇਰੇ ਐਲ ਤੋਂ ਬਹੁਤ ਗ੍ਰੇਟਰ ਹੋਏਗੀ ਤੇ ਇਸ ਰਿਲੇਸ਼ਨ ਦੇ ਵਿੱਚੋਂ ਆਪਣਾ ਐਸ ਐਚ ਐਲ ਸਕੁਅਰ ਨੈਗਲੈਕਟ ਕਰ ਦਿਓ ਆਰ ਸਕੁਅਰ ਦਾ ਸਕੁਅਰ ਆਰ ਪਾਵਰ 4 ਬੰਨਾ ਇੱਕ ਆਰ ਉੱਪਰੋਂ ਕੈਨਸਲ ਹੋ ਜਾਣਾ ਅਲਟੀਮੇਟ ਆਪਣਾ ਜਿਹੜਾ ਮੈਗਨੈਟਿਕ ਫੀਲਡ ਦਾ ਫਾਰਮੂਲਾ ਉਹ ਆ ਜਾਏਗਾ ਮਿਊ ਨਾਟ ਬਾਈ 4 ਪਾਈ ਇਨਟੂ 2 ਐਮ ਬਾਈ ਆਰ ਕਿਊਬ ਯਾਨੀ ਆ ਸ਼ਾਰਟ ਡਾਈਪੋਲ ਵਾਸਤੇ ਫਾਰਮੂਲਾ ਆ ਜੂ ਕਿਆ ਸਮੇਂ ਲੱਗਿਆ ਇੱਕ ਦੇ ਅੰਦਰ ਤੁਹਾਨੂੰ ਡੈਰੀਵੇਸ਼ਨ ਪੂਰੀ ਕੀਤੀ ਜੇ ਆਪਾਂ ਇਹੀ ਇਲੈਕਟ੍ਰਿਕ ਫੀਲਡ ਵਾਲਾ ਟੌਪਿਕ ਯਾਦ ਕਰੀਏ ਤੇ ਮੈਗਨੈਟਿਕ ਫੀਲਡ ਦੀ ਥਾਂ ਤੇ ਇੱਥੇ ਇਲੈਕਟ੍ਰਿਕ ਫੀਲਡ ਲਿਖਿਆ ਸੀ ਇੱਥੇ ਮੇਰੇ ਕੋਲ ਮੈਗਨੈਟਿਕ ਡਾਈਪੋਲ ਮੂਵਮੈਂਟ ਦੀ ਥਾਂ ਤੇ ਪੀ ਪਾ ਕੇ ਇਲੈਕਟ੍ਰਿਕ ਡਾਈਪੋਲ ਮੂਵਮੈਂਟ ਬਾਕੀ ਫਾਰਮੂਲਾ ਸੇਮ ਆ ਇੱਥੇ ਮਿਊ ਨਾਟ ਬਾਈ 4 ਪਾਈ ਆ ਉੱਥੇ 1 ਬਾਈ 4 ਪਾਈ ਐਪਸਾਈਲਮ ਨਾਟ ਆ ਕਿਆ ਇੰਨੀ ਗੱਲ ਸਮਝ ਆ ਰਹੀ ਯੈਸ ਸਰ ਯੈਸ ਸਰ
आर्टिकल अपना कंप्लीट है मुने चे किसे थां ते कोई डाउट होवे हो एक बारी बोलो मैं लास्ट वर्ड ऐड कर रहा कि जे डायरेक्शन कढ़ीए हुण जिहड़ा रिजल्टेंट मैग्नेटिक फील्ड आया इहदी डायरेक्शन कढ़ीए ते रिजल्टेंट दी डायरेक्शन टुवर्ड्स द बिगर वैक्टर होएगी यानी जिहड़ा बीपी होएगा रिजल्टेंट मैग्नेटिक फील्ड टी पॉइंट ते उहदी डायरेक्शन टुवर्ड्स दा कहिंदा जी बी टू आ जाएगी ठीक है यानी आ बीपी दी डायरेक्शन बी टू वाली बन जाएगी ठीक है ते दूजे पासे डाइपोल मूवमेंट दी डायरेक्शन असी कही सी साउथ टू नॉर्थ इहदा मतलब डाइपोल मूवमेंट दी डायरेक्शन dipole moment di direction the resultant magnetic field di direction both are in the kehnda ji same direction theek hai axial line che assi kehne dono cheezan same direction cha equatorial che opposite ho jandiyan je aa sara clear hai te mainu bolo theek hai ji je ich doubt aa te ek vari zarur dasso pehle haan ji inna clear hai sareyan nu yes sir डायग्राम समझ लो बस रिजल्ट जरा आना अपने को मैग्नेटिक फील्ड इंटेंसिटी ऑन इक्वेटोरियल लाइन ऑफ डाइपोल लेके चलिए ठीक है तो इधर भी चेस से डायग्राम के अंदर अपने को क्या आ जाना कि एक बार मैग्नेट गिवन है ठीक है पोल्स हो गए मेरे नॉर्थ एंड साउथ आ गए इसकी लेंथ ऐसी डिफाइन कर देती 2l ये इधर परपेंडिकुलर बाईसेक्टर वाले पॉइंट के ऊपर तुझे रिजल्टेंट मैग्नेटिक फील्ड करना तो अपन जेडे पॉइंट पे मैग्नेटिक फील्ड करना उथे एक यूनिट नॉर्थ पोल मेरे को पे आवा यूनिट स्ट्रेंथ का ते नॉर्थ पोलैरिटी वाला इस पी पॉइंट पे मेरे को पोल हैगा नॉर्थ ने नॉर्थ नु रिपेल करना इथे नॉर्थ पोल से दिखांदे नहीं पे बट अपन अज्यूम ही करेंगे इथे नॉर्थ पोल दा एक पोल पे आवा ते नॉर्थ ने नॉर्थ नु रिपेल करना एदा मैग्नेटिक फील्ड आउटवर्ड निकलेगा ठीक है जी साउथ ने इस पोल नु अट्रैक्ट करना एदा मैग्नेटिक फील्ड मेरे को इनवर्ड आ जाएगा इहदे नाल पी पॉइंट पे दो मैग्नेटिक फील्ड आ गए बी1 ते बी2 और डाइपोल थोड़ा इस पी तो एस एच कहना जी थीटा एंगल पे इंक्लाइन सेगा ते मुड़ के आपा कीता सेगा जी एस एच इथे जे आ लाइन इक लेके चलिए डाइपोल दे पैरेलल ते अपने कोल आ एंगल जेड़ा हैगा वा ठीक है जे इथे डिफाइन करिए इक ते आ अल्टरनेट एंगल आ जाने हैं